ਦੋਸਤੋ ਮੈਂ ਤਰਲੋਕ ਸਿੰਘ ਬੇਦੀ, ਤੁਸੀਂ ਦੇਖ ਰਹੇ ਹੋ ਖਾਲਸਾ ਟੀਵੀ। ਅੱਜ ਅਸੀਂ ਪਹੁੰਚੇ ਗੁਰੂ ਹਰ ਸਾਹਿਬ ਵਿੱਚ। ਗੁਰੂ ਹਰ ਸਾਹਿਬ ਹਲਕਾ ਜੋ ਰਾਣਾ ਗੁਰਮੀਤ ਸਿੰਘ ਸੋਢੀ ਜੀ, ਜੋ ਹਲਕਾ ਵਿਧਾਇਕ ਹਨ ਅਤੇ ਕੈਬਨਿਟ ਮੰਤਰੀ ਹਨ ਅਤੇ ਖੇਡ ਮੰਤਰੀ ਹਨ, ਉਹਨਾਂ ਦੀ ਰਹਿਨੁਮਾਈ ਹੇਠ ਮੈਚ ਹੋ ਰਹੇ ਹੈ। ਇੱਥੇ 6 ਦੇਸ਼ਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ, ਜਿਹੜਾ ਤੁਸੀਂ ਮੈਚ ਦੇਖ ਰਹੇ ਹੋ। ਮੈਂ ਤੁਹਾਨੂੰ ਦਿਖਾਉਣਾ ਲੋਕਾਂ ਦਾ ਉਤਸ਼ਾਹ, ਲੋਕਾਂ ਦਾ ਇਕੱਠ, ਜੋ ਅੰਦਰ ਜਿਹੜਾ ਸਟੇਡੀਅਮ ਬਿਲਕੁਲ ਭਰਿਆ ਪਿਆ ਅਤੇ ਬਾਹਰ ਲੋਕ ਜਿਹੜੇ ਸਕਰੀਨਾਂ ਦੇ ਉੱਪਰ ਮੈਚ ਦੇਖ ਰਹੇ ਹਾਂ। ਆਓ ਅਸੀਂ ਉਹਨਾਂ ਦੀਆਂ ਝਲਕੀਆਂ ਪਾਉਂਦੇ ਹਾਂ ਅਤੇ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਅੰਦਰ ਜੋ ਮੈਚ ਚੱਲ ਰਿਹਾ ਹੈਗਾ ਉਹਦੀਆਂ ਝਲਕੀਆਂ ਦੇਖਣ। ਸੱਜੇ ਖੱਬੇ ਖੇਡਦਾ ਹੈ ਤੇ ਰਾਹ ਦੇ ਵਿੱਚ ਬੈਠੀ ਹੋਣੀ ਹੋਣੀ ਜਾਣ ਕੇ ਦੁੱਲਿਆ ਵਿੱਚ ਟੋਕਰਾ ਚਕਾਈ ਆਣ ਕੇ ਦੁੱਲਾ ਪੰਜਾਬੀ ਨੇ ਸਮਾਂ ਦੇ ਵਿਚਕਾਰ ਇਸ ਸਮੇਂ ਅੱਜ ਦੇ ਦਿਨ ਦੇ ਪਹਿਲੇ ਮੈਚ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ। ਉਹ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਭੰਡਾਰਾ ਇਸ ਸਮੇਂ ਅੱਗੇ ਵੱਲ ਵਧਿਆ ਹੋਇਆ ਹੈ। ਭੰਡਾਰੇ ਦੀ ਰੇਡ ਪਈ ਹੋਈ ਹੈ। ਇੱਕ ਪਾਸੇ ਆਸ਼ੂ ਝਨੇਰ ਕਬੱਡੀ ਦਾ ਮੰਨਿਆ ਪ੍ਰਮੰਨਿਆ ਖਿਡਾਰੀ, ਦਿਲਵਰ ਝਨੇਰ ਦਾ ਪੁੱਤ ਮੈਦਾਨ ਦੇ ਵਿੱਚ ਮੁਕਾਬਲਾ ਕਰਦਾ ਹੋਇਆ ਅਤੇ ਮਹਾਂਪੁਰਖ ਜਿੰਦਰੀ ਲਾ ਤਕੜਾ ਜੱਫਾ ਇਸ ਸਮੇਂ ਤਕੜੇ ਪਿੰਡ ਦਾ ਵਾਅਦਾ ਕਰਦਾ ਹੋਇਆ। ਸ਼੍ਰੀ ਲੰਕਾ ਦੀ ਟੀਮ ਦਾ ਹਾਲੇ ਤੱਕ ਖਾਤਾ ਤੇ ਹੈ। ਸਾਹਮਣੇ ਕਬੱਡੀ ਪਾਉਣ ਦੇ ਲਈ ਨਸ਼ਿਆਂ ਦੇ ਨਾਲ ਅੱਜ ਪੰਜਾਬ ਸਰਕਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਔਰ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਪੰਜਾਬ, ਅੱਜ 550 ਸਾਲਾ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਅੱਜ ਜਿਹੜਾ ਇਹ ਕਬੱਡੀ ਕੱਪ ਉਸ ਖੁਸ਼ੀ 'ਚ ਹੋ ਰਿਹਾ, ਜਿਹੜਾ ਕੋਰੀਡੋਰ ਕਰਤਾਰਪੁਰ ਵਾਸਤੇ ਖੁੱਲ੍ਹਿਆ ਅਤੇ ਅੱਜ ਸਾਰੇ ਸਾਡੇ ਗੁਰੂ ਸਾਹਿਬ ਦੇ ਬਹੁਤ ਸਾਰੇ ਯੰਗਸਟਰਸ ਇੱਥੇ ਬੈਠੇ ਨੇ, ਸਕੂਲ ਗੋਇੰਗ, ਕਾਲਜ ਗੋਇੰਗ। ਮੈਂ ਦੋ ਲਾਈਨਾਂ ਜ਼ਰੂਰ ਕਹਿਣਾ ਚਾਹਾਂਗੀ ਕਿ ਧਿਆਨ ਨਾਲ ਸੁਣਿਓ ਪਲੀਜ਼, ਹੌਸਲਾ ਕਦੇ ਵੀ ਛੱਡੀਏ ਨਾ। ਬੱਚਿਆਂ ਵਾਸਤੇ ਸਪੈਸ਼ਲੀ ਹੈ, ਧਿਆਨ ਨਾਲ ਸੁਣੋ। ਹੌਸਲਾ ਕਦੇ ਵੀ ਛੱਡੀਏ ਨਾ, ਭਾਵੇਂ ਮੰਜ਼ਿਲ ਕਿੰਨੀ ਵੀ ਦੂਰ ਹੋਵੇ। ਟਲ ਜਾਂਦੀਆਂ ਮੁਸੀਬਤਾਂ ਸਾਰੀਆਂ ਨੇ, ਜੇ ਕੁਝ ਕਰਨ ਦਾ ਜਨੂੰਨ ਤੇ ਗਰੂਰ ਹੋਵੇ। ਕਰੋ ਹਿੰਮਤ, ਕਦੇ ਨਾ ਕਦੇ ਜਿੱਤੋਗੇ। ਹਰ ਵਾਰ ਨਾ ਹਾਰ ਮਨਜ਼ੂਰ ਹੋਵੇ, ਇਹੀ ਕਹਿਣਾ ਤੁਹਾਡੀ ਪੂਜਾ ਦਾ ਵੀ, ਏਮ ਜ਼ਿੰਦਗੀ ਦਾ ਕੋਈ ਜ਼ਰੂਰ ਹੋਵੇ। ਸੋ ਇਹ ਜਿਹੜੀ ਸਾਨੂੰ ਲਾਈਫ ਹਰ ਕੋਨੇ ਜਾ ਰਹੀ ਹੈ ਕਿ ਨਹੀਂ ਜਾ ਰਹੀ? ਇਧਰਲੇ ਪਾਸੇ ਜਿਹੜੇ ਮੇਰੇ ਵੀਰ ਬੈਠੇ ਨੇ, ਆਵਾਜ਼ ਆ ਰਹੀ ਹੈ? ਫਿਰ ਹੱਥ ਖੜੇ ਕਰੋ ਸਾਰੇ ਜਿੱਥੇ ਆਵਾਜ਼ ਆ ਰਹੀ ਹੈ। ਅੱਜ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਕਹੂੰਗਾ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਾਹਰਲੇ ਮੁਲਕਾਂ ਦੀਆਂ ਟੀਮਾਂ ਆਈਆਂ ਹੋਈਆਂ ਨੇ ਔਰ ਤੁਸੀਂ ਉਹਦਾ ਨਜ਼ਾਰਾ ਦੇਖਣਾ ਹੈ, ਤਾਂ ਮੇਰੀ ਬੇਨਤੀ ਹੈ ਕਿ ਸਿਰਫ 10 ਮਿੰਟ ਦੇ ਵਾਸਤੇ ਚੁੱਪ ਦਾ ਦਾਨ ਬਖਸ਼ਣਾ ਕਿ ਅੱਜ ਦਾ ਇਹ ਦਿਹਾੜਾ ਇਤਿਹਾਸਿਕ ਦਿਹਾੜਾ ਹੈ। ਅੱਜ ਸਾਡੇ ਜਗਤ ਗੁਰੂ, ਸਾਡੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਸਾਹਿਬ
ਦਾ 550 ਸਾਲਾ ਅਸੀਂ ਮਨਾਉਣ ਜਾ ਰਹੇ ਹਾਂ ਕਿ ਅਸੀਂ ਆਉਣ ਵਾਲੇ ਇੱਕ ਸਾਲ ਜੋ ਕੈਪਟਨ ਸਾਹਿਬ ਦਾ ਸੋਚ ਹੈ ਉਸ ਦੇ ਆਧਾਰ ਤੇ ਇੱਕ ਸਾਲ ਇਹ ਸੈਲੀਬ੍ਰੇਸ਼ਨ ਚੱਲਣਗੀਆਂ ਹੁਣ ਠੀਕ ਔਰ ਇਹ ਗੁਰਪੁਰਬ ਔਰ ਇਸ ਗੁਰਪੁਰਬ ਦਾ ਜੋ ਮਹੱਤਵ ਹੈ ਜੋ ਇੰਪੋਰਟੈਂਸ ਹੈ ਮੈਂ ਸੋਚਦਾ ਕਿ ਉਹ ਸਿਰਫ ਪੰਜਾਬ ਜਾਂ ਹਿੰਦੁਸਤਾਨ 'ਚ ਨਹੀਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਅੱਜ ਇਸ ਤਿਉਹਾਰ ਨੂੰ ਇਸ ਉਤਸਵ ਨੂੰ ਉਹਨਾਂ ਦੇ ਆਗਮਨ ਤੇ ਉਹਨਾਂ ਦੇ ਗੁਰਪੁਰਬ ਨੂੰ ਮਨਾਇਆ ਜਾ ਰਿਹਾ।